शर्मा जी खबरां दे वाल आईए तो शुरुआत करिए आप जिहड़ियां खबरां इलेक्शन दे जिहड़े रिजल्ट ने नतीजे ने उन्हां दे नाल जुड़ियां होईयां ने। सारे मीडिया का जोर यह लग्या पै शर्मा जी कि बीजेपी ने कमाल करती, बीजेपी का मैंडेट इतिहासिक है। पर यह गल कित्थों निकल कि भाजपा बुरी तरह हार गई, बहुत बुरी तरह। प्रवीण जी जदों गुजरात नूं ऐ पेश किया जा रहा है कि जिवें गुजरात के नतीजे का मतलब है कि देश के उत्ते नतीजे हो, जिवें पूरे लोग सभा के नतीजे हो, गुजरात के नतीजे नूं इतिहासक दस के यह कहा जा रहा है कि देखो जी भाजपा ने इतिहास रचता। जदों तुसीं सूबे के नतीजे देखोगे तो सूबे के नतीजे के हवाले नाल गुजरात के इतिहासक जित है बीजेपी की, इतिहासक जित है नरेंद्र मोदी की, इतिहासक जित है भुपिंदर पटेल होर की। सो उत्थे तां मतलब कि जो नरेंद्र नहीं कर सके वह भुपिंदर ने कर दिखाया। 2002 दे विच बीजेपी सब तो वध सीटां नाल जीती सी गुजरात दे विच, 127 सीटां लैके। पर गुजरात के इतिहास से सब तो वध सीटां नाल जितने वाले माधव सोलंकी ने, जिन्होंने 149 सीटां हासिल कीतियां सी। पर भुपिंदर पटेल की अगवाई च तां बीजेपी 156 तक पहुँच गई। सो इतिहासक जित है, पर यह गुजरात के नतीजे ने, यह देश के नतीजे नहीं। जेकर गुजरात की जित नूं कल दा साडा नैशनल मीडिया, सरकारी तोता मीडिया जिवें दिखा रहा, प्रचार प्रसार कर रहा कि भाजपा ने कमाल करता, भाजपा ने इतिहास रचता, सैमीफाइनल जित लिया 2024 का, हुण तां मतलब कि 24 च तय आ, मोदी को कोई रोक नहीं सकता, कोई रुकावट नहीं, जिवें दा उह कल दा प्रचार कर रहे ने, उह आंकड़े भी लुका रहे ने और नतीजे भी लुका रहे ने। प्रवीण जी, जी सवाल यह है कि जदों आपां सूबिआं दी गल करदे आ तां जे गुजरात च 182 सीटां ने, यह वखरा सवाल है, पर हिमाचल दी 68 सीटां ने ना, फिर जी बिल्कुल वो भी तो याद रखो। सो जो तुसीं सूबा बनाम सूबा मिला के देखोगे तो मैं तीन नतीजिया की गल करना चाहना। दिल्ली, दिल्ली दी एमसीडी दे नतीजे आए जी, ये गल सब ने उस जिहड़ा नैशनल मीडिया नरेटिव सिरज रहा कि हाँ भाजपा ने इतिहास सिरजिया, वह कहिंदा जी मतलब कि इत्थे आम आदमी पार्टी जित गई, पर वो यह क्यों नहीं दसदा कि उत्थे भाजपा हार गई। जी बिल्कुल, 15 ਸਾਲਾਂ ਤੋਂ ਕਾਬਜ ਬੀਜੇਪੀ ਹਾਰ ਜਾਵੇ ਜੀ, ਇਹ ਤੇ ਆਪਣੇ ਆਪ ਚ ਮਤਲਬ ਕਿ ਹਾਰ ਹੈ ਵੱਡੀ। ਸੋ ਦੂਸਰੇ ਪਾਸੇ ਫਿਰ ਹਿਮਾਚਲ ਆ ਜਾਓ। ਹਿਮਾਚਲ ਦੇ ਵਿੱਚ ਉਹ ਕਹਿੰਦੇ ਸੀ ਅਸੀਂ ਰਿਵਾਜ ਬਦਲ ਦੇਣਾ ਇਸ ਵਾਰ, ਅਸੀਂ ਇਤਿਹਾਸ ਬਦਲ ਦੇਣਾ ਇਸ ਵਾਰ, ਹੈ ਨਰਿੰਦਰ ਮੋਦੀ ਮਤਲਬ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਹੋ ਕੇ ਬਾਕੀ ਉਮੀਦਵਾਰਾਂ ਨੂੰ ਫੋਨ ਕਰ ਕਰਕੇ ਮਿੰਨਤਾਂ ਕਰਦੇ ਸੀ ਜੀ, ਉਹਦੇ ਬਾਵਜੂਦ ਵੀ ਹਿਮਾਚਲ ਦੇ ਵਿੱਚ 25 ਮਤਲਬ ਕਿ ਸੀਟਾਂ ਤੇ ਰਹਿ ਜਾਵੇ ਬੀਜੇਪੀ, ਉਸਨੂੰ ਸੋਚਣਾ ਪਏਗਾ ਫਿਰ। ਸੋ ਇਸ ਲਈ ਜਦੋਂ ਤੁਸੀਂ ਤਿੰਨ ਨਤੀਜੇ ਦੇਖਦੇ ਹੋ, ਗੁਜਰਾਤ, ਦਿੱਲੀ ਤੇ ਹਿਮਾਚਲ, ਤਾਂ ਤਿੰਨਾਂ ਚੋਂ ਇੱਕ ਥਾਂ ਬੀਜੇਪੀ ਜਿੱਤਦੀ ਹੈ, ਦੋ ਥਾਂ ਹਾਰਦੀ ਹੈ, ਫਿਰ ਔਸਤ ਕੀ ਨਿਕਲਦੀ ਹੈ? ਬਿਲਕੁਲ ਸਹੀ। ਇਹ ਤੋਂ ਅੱਗੇ ਆ ਜਾਓ, 7 ਜ਼ਿਮਨੀ ਚੋਣ ਸੀ ਕੱਲ, ਹੁਣ 7 ਜ਼ਿਮਨੀ ਚੋਣ ਦੇ ਵਿੱਚ ਵੀ ਉਸੇ ਤਰ੍ਹਾਂ ਨਰੇਟਿਵ ਸਿਰਜਿਆ ਜਾ ਰਿਹਾ ਜਿਵੇਂ ਇੱਥੇ ਆ। ਹੁਣ ਦੱਸਿਆ ਕੀ ਜਾਂਦਾ ਕਿ ਦੇਖੋ ਜੀ ਮਤਲਬ ਕਿ ਲੋਕਾਂ ਨੂੰ ਲੋਲੀਪੋਪ ਵੰਡਦੀਆਂ ਨੇ ਰਾਜਨੀਤਿਕ ਪਾਰਟੀਆਂ, ਪਰ ਲੋਕਾਂ ਨੇ ਇਹਨਾਂ ਨੂੰ ਲੋਲੀਪੋਪ ਦੇਤਾ। ਇੱਕ ਨੂੰ ਗੁਜਰਾਤ ਜਿਤਾ ਕੇ ਖੁਸ਼ ਕਰਤਾ, ਦੂਏ ਨੂੰ ਦਿੱਲੀ ਜਿਤਾ ਕੇ ਖੁਸ਼ ਕਰਤਾ, ਤੀਏ ਨੂੰ ਹਿਮਾਚਲ ਜਿਤਾ ਕੇ ਖੁਸ਼ ਕਰਤਾ। ਕਾਂਗਰਸ ਖੁਸ਼ ਹੈ ਕਿ ਅਸੀਂ ਹਿਮਾਚਲ ਜਿੱਤ ਗਏ, ਆਮ ਆਦਮੀ ਪਾਰਟੀ ਖੁਸ਼ ਹੈ ਅਸੀਂ ਦਿੱਲੀ ਚ ਐਮਸੀਡੀ ਜਿੱਤ ਗਏ, ਭਾਜਪਾ ਖੁਸ਼ ਹੈ ਕਿ ਅਸੀਂ ਗੁਜਰਾਤ ਜਿੱਤ ਗਏ। ਪਰ ਜਿਵੇਂ ਕਾਂਗਰਸ ਗੁਜਰਾਤ ਦੇ ਵਿੱਚ ਬੁਰੀ ਤਰ੍ਹਾਂ ਹਾਰੀ ਆ, ਉਹਨੂੰ ਸੋਚਣ ਦੀ ਲੋੜ ਹੈ ਕਿ ਸਾਡੀ ਕਿਹੜੀ ਨਲਾਇਕੀ, ਅਸੀਂ ਵਿਰੋਧੀ ਧਿਰ ਸੀ ਪਿਛਲੀ ਵਾਰ, ਅਸੀਂ 77 ਸੀਟਾਂ ਤੇ ਸੀ, ਐਕਚੁਅਲੀ 17 ਤੇ ਕਿਉਂ ਰਹਿ ਗਏ? ਉੱਥੇ ਕਾਂਗਰਸ ਨੂੰ ਸੋਚਣ ਦੀ ਲੋੜ ਹੈ, ਉੱਥੇ ਬੀਜੇਪੀ ਨੂੰ ਵੀ ਉਸੇ ਤਰ੍ਹਾਂ ਸੋਚਣ ਦੀ ਲੋੜ ਹੈ ਕਿ ਦਿੱਲੀ ਦੇ ਵਿੱਚ ਸਾਰੀ ਸਾਡੀ ਕੇਂਦਰ ਸਰਕਾਰ, ਸਾਰਾ ਸਾਡਾ ਉਪ ਰਾਜਪਾਲ, ਸਾਰੀ ਸਾਡੀ ਤਾਕਤ, ਉਹਦੇ ਬਾਵਜੂਦ ਅਸੀਂ ਐਮਸੀਡੀ ਕਿਉਂ ਹਾਰੇ? ਹਿਮਾਚਲ ਦੇ ਵਿੱਚ ਮੋਦੀ ਦਾ ਗੇੜਾ, ਮੋਦੀ ਦਾ ਪੈਸਾ, ਕੇਂਦਰ ਸਰਕਾਰ, ਹੈ ਜੈਰਾਮ ਠਾਕੁਰ ਉੱਥੋਂ, ਅਨੁਰਾਗ ਠਾਕੁਰ ਉੱਥੋਂ, ਜੇਪੀ ਨੱਡਾ ਉੱਥੋਂ, ਉਹਦੇ ਬਾਵਜੂਦ ਧੂਮਲ ਉੱਥੋਂ, ਉਹਦੇ ਬਾਵਜੂਦ ਹਾਰੇ ਤੁਸੀਂ। ਸੋ ਇਸ ਤਰ੍ਹਾਂ ਜਿਹੜਾ ਇਹ ਸੋਚਣ ਦੀ ਲੋੜ ਹੈ, ਪਰ ਜਿਹੜਾ ਇਹ ਦਿਖਾਇਆ ਜਾਂਦਾ ਕਿ ਜੀ ਇੱਕ ਥਾਂ ਬੀਜੇਪੀ ਜਿੱਤ ਗਈ, ਇੱਕ ਥਾਂ ਕਾਂਗਰਸ ਜਿੱਤ ਗਈ, ਇੱਕ ਥਾਂ ਆਮ ਜਿੱਤ ਗਈ, ਇਸੇ ਤਰ੍ਹਾਂ ਜਿਹੜੀਆਂ ਜ਼ਿਮਨੀ ਚੋਣਾਂ 'ਚ ਵੀ ਦੱਸਿਆ ਕੀ ਜਾਂਦਾ ਕਿ 2 ਸੀਟਾਂ ਜੀ ਬੀਜੇਪੀ ਲੈ ਗਈ, 2 ਕਾਂਗਰਸ ਲੈ ਗਈ, ਤੇ 2 ਅਦਰਸ ਲੈ ਗਏ, ਲਓ ਜੀ ਬਰਾਬਰ ਹੋ ਗਿਆ, ਵੀ ਕੋਈ ਚੱਕਰ ਨਹੀਂ। ਇਹ ਦਿਖਾਇਆ ਜਾ ਰਿਹਾ ਕਿ 7 ਦੇ ਵਿੱਚੋਂ 6 ਮਤਲਬ MLA ਦੀਆਂ ਚੋਣਾਂ ਸੀ, ਉਹਦੇ ਵਿੱਚੋਂ 2-2 ਵੰਡ ਹੋ ਗਏ, ਬਰਾਬਰ ਆ ਗਏ। ਇੱਕ MP ਦੀ ਸੀਟ ਜੀ ਉਹ ਤਾਂ ਮੁਲਾਇਮ ਯਾਦਵ ਦੀ ਘਰ ਦੀ ਜੱਦੀ ਸੀਟ ਸੀ, ਉਹ ਤਾਂ ਇਮੋਸ਼ਨਲ ਵੋਟ ਸੀ, ਇਸ ਲਈ ਪੈ ਗਈ। ਜੀ ਪਰ ਜਦੋਂ ਤੁਸੀਂ ਇਹਨਾਂ ਨਤੀਜਿਆਂ ਨੂੰ ਯੂਪੀ ਦੇ ਹਿਸਾਬ ਨਾਲ ਦੇਖੋਗੇ ਕਿ 3 ਸੀਟਾਂ ਤੇ ਚੋਣ ਹੁੰਦੀ ਹੈ, 1 ਸੀਟ ਮਿਲਦੀ ਹੈ ਬੀਜੇਪੀ ਨੂੰ ਜੀ,
ਡਿੰਪਲ ਯਾਦਵ ਸਮਾਜਵਾਦੀ ਪਾਰਟੀ ਜਿੱਤ ਰਹੀ ਆ, ਇੱਕ ਐਮਐਲਏ ਦੀ ਸੀਟ ਬੀਜੇਪੀ ਜਿੱਤ ਰਹੀ ਆ, ਇੱਕ ਆਦਰਸ਼ ਪਾਰਟੀ ਜਿੱਤ ਰਹੀ ਆ। ਤਾਂ ਰਾਜ ਮਤਲਬ ਕਿ ਰਾਜ ਹੋਵੇ ਯੋਗੀ ਦਾ, ਪ੍ਰਧਾਨ ਮੰਤਰੀ ਹੁਣ ਮੋਦੀ, ਮੁੱਖ ਮੰਤਰੀ ਹੁਣ ਯੋਗੀ, ਤੇ ਕਦੇ ਵੀ ਜ਼ਿਮਨੀ ਚੋਣ ਸੱਤਾਧਾਰੀ ਧਿਰਾਂ ਜ਼ਿਆਦਾਤਰ ਹਾਰਦੀਆਂ ਨਹੀਂ, ਨਹੀਂ ਹਾਰਦੀਆਂ, ਬਿਲਕੁਲ ਸਹੀ ਹੈ। ਫਿਰ ਤਿੰਨਾਂ ਦੇ ਵਿੱਚੋਂ ਇੱਕੋ ਸੀਟ ਕਿਉਂ ਆਈ ਬੀਜੇਪੀ ਨੂੰ? ਇਹਦਾ ਮਤਲਬ ਬੀਜੇਪੀ ਹਾਰੀ ਜੀ, ਸਹੀ। ਫਿਰ ਜੇ ਇਹ ਗੱਲ ਹੈ, ਫਿਰ ਸੱਤ ਸੀਟਾਂ ਸੀਗੀਆਂ ਜ਼ਿਮਨੀ ਚੋਣ ਦੀਆਂ, ਕੁੱਲ ਇੱਕ ਐਮਪੀ ਦੀ, 6 ਐਮਐਲਏ ਦੀਆਂ, ਐਮਐਲਏ ਦੀਆਂ 2 ਆਈਆਂ ਨੇ ਦਿੱਸੇ, ਇੱਕ ਯੂਪੀ ਵਾਲੀ, ਇੱਕ ਬਿਹਾਰ ਵਾਲੀ, ਤੇ ਕੁੱਲ ਫਿਰ ਸੱਤਾਂ ਚੋਂ 2 ਜਿੱਤ ਕੇ 5 ਹਾਰੀ ਬੀਜੇਪੀ ਜੀ, ਸਹੀ ਹੈ। ਸੋ ਜ਼ਿਮਨੀ ਚੋਣ ਚ ਵੀ 5-2-5 ਤੇ ਹੈ, ਤੇ ਬਾਕੀ ਸੀਟ ਥਾਵਾਂ ਦੇ ਉੱਤੇ ਵੀ 3-1 ਤੇ ਹੈ। ਸੋ ਇਸ ਲਈ ਬੀਜੇਪੀ ਦਾ ਦ੍ਰਿਸ਼ ਕਿਉਂ ਲੁਕੋਇਆ ਜਾ ਰਿਹਾ? ਸੋ ਇਸ ਲਈ ਜਿਹਨੂੰ ਅਜੇਤੂ ਦਿਖਾਇਆ ਜਾ ਰਿਹਾ ਸੀ, ਉਹਦਾ ਆਹ ਦ੍ਰਿਸ਼ ਵੀ ਹੈ ਕਿ ਭਾਈ ਤੁਸੀਂ ਦਿੱਲੀ ਚ ਵੀ ਹਾਰਦੇ ਹੋ, ਤੁਸੀਂ ਹਿਮਾਚਲ ਚ ਵੀ ਹਾਰਦੇ ਹੋ, ਤੁਸੀਂ ਯੂਪੀ ਚ ਵੀ ਹਾਰਦੇ ਹੋ, ਤੁਸੀਂ ਰਾਜਸਥਾਨ ਛੱਤੀਸਗੜ੍ਹ ਚ ਵੀ ਹਾਰਦੇ ਹੋ। ਡਿੰਪਲ ਯਾਦਵ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤੀ ਹੈ ਜੀ। ਸੋ ਇਹ ਉਵੇਂ ਹੀ ਹੈ ਜਿਵੇਂ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੋਵੇ ਔਰ ਮੁੱਖ ਮੰਤਰੀ ਵਾਲੀ ਐਮਪੀ ਵਾਲੀ ਸੀਟ ਦੇ ਉੱਤੇ ਸਿਮਰਜੀਤ ਮਾਨ ਜਿੱਤ ਜਾਣ, ਤੇ ਉਸੇ ਤਰ੍ਹਾਂ ਹੋਇਆ ਉੱਥੇ। ਇਸ ਲਈ ਆਹ ਜਿਹੜਾ ਮਤਲਬ ਕਿ ਖੇਲ ਹੈ, ਇਹ ਲੁਕਾਉਣ ਦੀ ਕੋਸ਼ਿਸ਼ ਕੀਤੀ ਗਈ ਕਿ ਹਾਂ ਸੋ ਬੀਜੇਪੀ ਇਸ ਦਾ ਮਤਲਬ ਤੁਸੀਂ ਕੁੱਲ ਮਿਲਾ ਕੇ ਦੇਖੋ ਤਾਂ ਬੁਰੀ ਤਰ੍ਹਾਂ ਹਾਰੀ ਹੈ, ਇਕੱਲੇ ਗੁਜਰਾਤ ਦੇ ਸੀਟਾਂ ਨਾ ਦੇਖੋ। ਬਿਲਕੁਲ ਸਹੀ ਹੈ। ਸੋ ਜਦੋਂ ਤੁਸੀਂ ਉਹਨਾਂ ਨੂੰ ਸੂਬਿਆਂ ਦੇ ਵਿੱਚ ਜ਼ਿਮਨੀ ਚੋਣਾਂ ਦੇ ਵਿੱਚ ਜਦੋਂ ਦਿੱਲੀ ਨਾਲ ਮਿਲਾ ਕੇ ਦੇਖੋਗੇ ਤਾਂ ਬੀਜੇਪੀ ਬੁਰੀ ਤਰ੍ਹਾਂ ਹਾਰੀ ਤੁਹਾਨੂੰ ਨਜ਼ਰ ਆਏਗੀ, ਔਰ ਜਿਹੜਾ ਦੱਸਦਾ ਕਿ ਇਹਦਾ ਮਤਲਬ ਇਹਦੇ 24 ਚ ਇਹਦੇ ਰੱਥ ਨੂੰ ਰੋਕਿਆ ਜਾ ਸਕਦਾ, 24 ਚ ਇਹਨੂੰ ਘੇਰਾਬੰਦੀ ਕੀਤੀ ਜਾ ਸਕਦੀ ਹੈ। ਸੋ ਇਸ ਦ੍ਰਿਸ਼ ਨੇ ਇਹ ਸਾਫ਼ ਕਰ ਦਿੱਤਾ, ਕਿਉਂਕਿ ਗੁਜਰਾਤ ਚ ਤਾਂ ਪ੍ਰਵੀਨ ਜੀ ਚੱਲਦਾ ਹੋਊਗਾ ਵੰਡ ਪਾਊ ਵਾਲਾ ਖੇਡ। ਗੁਜਰਾਤ ਦੇ ਵਿੱਚ ਇੱਕ ਮੁਸਲਿਮ ਭਾਈਚਾਰਾ ਜਿਹੜਾ 2002 ਤੋਂ ਬਾਅਦ ਅਜੇ ਵੀ ਖੁੱਲ੍ਹ ਕੇ ਆਪਣੀ ਮਨਸ਼ਾ ਜ਼ਾਹਰ ਨਹੀਂ ਕਰ ਪਾਉਂਦਾ, ਖੁੱਲ੍ਹ ਕੇ ਬੋਲ ਨਹੀਂ ਪਾਉਂਦਾ, ਉਹ ਬਿਲਕੁਲ ਇੱਕ ਕਿਨਾਰੇ ਆ। ਪਰ ਉਹ ਕਿਹਦੇ ਨਾਲ ਤੁਰਨ? ਕਿਉਂਕਿ ਭਾਜਪਾ ਪੂਰੇ ਜਿਹੜੇ ਏਜੰਡੇ ਤੇ ਕੰਮ ਕਰਦੀ ਆ, ਉਸਨੇ ਉਹਨਾਂ ਦੇ ਉਲਟ ਲਿਆ ਕੇ ਸਾਰੀ ਤਰ੍ਹਾਂ ਨੂੰ ਇੱਕ ਪਾਸੇ ਇੱਕ ਖੇਮੇ 'ਚ ਖੜਾ ਕਰਤਾ। ਉਸੇ ਖੇਮੇ ਦੇ ਵਿੱਚੋਂ ਕੇਜਰੀਵਾਲ ਵੀ ਆਪਣੀ ਵੋਟ ਭਾਲਦਾ ਕਿ ਹਾਂ ਮੈਂ ਵੀ ਉਸੇ ਟਰੈਕ ਤੇ ਆ। ਉਸੇ ਖੇਮੇ 'ਚ ਰਾਹੁਲ ਗਾਂਧੀ ਵੀ ਪਿਛਲੀ ਵਾਰ ਮਤਲਬ ਕਿ 15-15 ਮੰਦਰ ਘੁੰਮਿਆ ਸੀ, 30-30 ਰੈਲੀਆਂ ਕੀਤੀਆਂ ਸੀ ਰਾਹੁਲ ਗਾਂਧੀ ਨੇ ਪਿਛਲੀ ਵਾਰ ਵੀ, ਉਹਦਾ ਨਤੀਜਾ ਸੀ ਸ਼ਾਇਦ ਕਿ ਉਹਨਾਂ ਦੀਆਂ ਸੀਟਾਂ 70 ਤੱਕ ਚਲੀਆਂ ਗਈਆਂ ਸੀ। ਸੋ ਇਸ ਲਈ ਉਹ ਵੀ ਉਸੇ ਖੇਮੇ 'ਚੋਂ ਨਜ਼ਰ ਆਉਂਦਾ। ਪਰ ਇਹਦਾ ਮਤਲਬ ਜਿਹੜੀ ਧਿਰ ਉੱਥੇ ਇਕੱਠੀ ਹੋ ਗਈ ਉਹ ਮਤਲਬ ਕਿ ਅਲੱਗ ਇੱਕ ਪਾਸੇ, ਉਹਨੂੰ ਲੱਗਦਾ ਕਿ ਇਸ ਖੇਮੇ 'ਚ ਫਿਰ ਬੜਾ ਪਖੰਡੀ ਤਾਂ ਸਾਡੇ ਕੋਲ ਮੋਦੀ ਹੈਗਾ, ਫਿਰ ਛੋਟੇ ਪਖੰਡੀ ਅਸੀਂ ਕੀ ਕਰਨੇ ਆ? ਇਸ ਲਈ ਉਸ ਬੜੇ ਪਖੰਡੀ ਕੋਲ ਨੂੰ ਜਾਂਦੇ ਨੇ ਉਹ ਲੋਕ। ਸੋ ਪਰ ਇਹ ਫਾਰਮੂਲਾ ਹਿਮਾਚਲ 'ਚ ਨਹੀਂ ਚੱਲਦਾ ਨਾ, ਕਿਉਂਕਿ ਹਿਮਾਚਲ 'ਚ ਲੜਾਉਣ ਲਈ ਦੂਜੀਆਂ ਧਿਰਾਂ ਹੈ ਹੀ ਨਹੀਂ ਕੋਈ। ਸੋ ਕਿਹਦੇ ਨਾਲ ਲੜਾਉਣਗੇ? ਇਸ ਲਈ ਉੱਥੇ ਲੋਕ ਬੁਨਿਆਦੀ ਚੀਜ਼ਾਂ ਦੇਖਦੇ ਨੇ, ਅਸਲ 'ਚ ਹਕੀਕਤ ਦੇਖਦੇ ਨੇ ਕਿ ਧਰਾਤਲ 'ਤੇ ਕਿਹੜੀ ਚੀਜ਼ ਦੀ ਲੋੜ ਹੈ, ਕਿਹਨੇ ਕੀ ਕੀਤਾ। ਔਰ ਮੇਲਾ ਦਾ ਹਿਮਾਚਲ ਲਾਹੌਰਾਂ ਦਾ, ਇਹ ਪੰਜਾਬ ਦਾ ਵੀ ਰਵਾਇਤ ਰਹੀ ਸੀ ਕਿ ਹਰ 5 ਸਾਲ ਬਾਅਦ ਬਦਲ ਦਿੰਦੇ ਸੀ, ਪਰ ਇੱਕ ਵਾਰ ਬਾਦਲ ਰਿਪੀਟ ਹੋ ਗਏ ਤੇ ਇਸ ਵਾਰ ਨਵੀਂ ਪਾਰਟੀ ਆਮ ਆਦਮੀ ਪਾਰਟੀ ਆ ਗਈ। ਸੋ ਪੰਜਾਬ ਤਾਂ ਇਹ ਰਿਵਾਜ ਬਰਕਰਾਰ ਨਹੀਂ ਰੱਖ ਸਕਿਆ, ਪਰ ਹਿਮਾਚਲ ਜਿਹੜਾ ਰੱਖਿਆ, ਮੇਲਾ ਦਾ ਇਹ ਸਿਆਣਾ ਫੈਸਲਾ ਕਿ ਦੋਵੇਂ ਪਾਰਟੀਆਂ ਟਿਕਾਣੇ ਤੇ ਰਹਿੰਦੀਆਂ ਨੇ, ਆਨੇ ਵਾਲੀ ਥਾਂ ਤੇ ਰਹਿੰਦੀਆਂ ਨੇ ਕਿ ਹਾਂ ਭਾਈ ਲੋਕਾਂ ਨੇ ਧੋ ਦੇਣਾ। ਸੋ ਇਸ ਲਈ ਇਸ ਡਰ ਚੋਂ ਕੰਮ ਵੀ ਹੁੰਦਾ, ਇਸ ਡਰ ਚੋਂ ਲੋਕਾਂ ਤੱਕ ਪਹੁੰਚ ਵੀ ਹੁੰਦੀ ਆ, ਔਰ ਇਸ ਵਾਰ ਹਿਮਾਚਲ ਨੇ ਉਹ ਦੱਸ ਵੀ ਦਿੱਤਾ ਕਿ ਹਾਂ ਅਸੀਂ ਆਪਣੀ ਰਵਾਇਤ ਕਾਇਮ ਰੱਖੀ ਹੋਈ ਹੈ।